हेलो एवरीवन वेलकम बैक टू माय चैनल ਤੇ ਅੱਜ ਮੈਂ ਤੁਹਾਡੇ ਨਾਲ ਥੋੜੀਆਂ ਜਿਹੀਆਂ ਚੀਜ਼ਾਂ ਸ਼ੇਅਰ ਕਰੂੰਗੀ ਜੋ ਕਿ ਆਪਾਂ ਨੂੰ ਕਿਚਨ ਚ ਬਹੁਤ ਹੈਲਪ ਕਰਦੀਆਂ ਆ ਤੇ ਜਿੱਦਾਂ ਕਿ ਮੈਂ ਆ ਵਾਈਟ ਚਨੇ ਲਏ ਆ ਜੋ ਵੀ ਮੈਂ ਵਾਈ ਕਰਦੀ ਆ ਵਾਈਟ ਬਲੈਕ ਰਾਜਮਾ ਇਹਨਾਂ ਨੂੰ ਮੈਂ ਲਿਆ ਕੇ ਬੋਇਲ ਕਰਕੇ ਪੈਕੇਟ ਚ ਪਾ ਕੇ ਮੈਂ ਫ੍ਰੀਜ ਇਸੇ ਲਗਾ ਲੈਨੀ ਆ ਤੇ ਜੋ ਆਪਣੇ ਲਈ ਬਹੁਤ ਈਜ਼ੀ ਹੋ ਜਾਂਦਾ ਹੈ ਜੇ ਆਪਾਂ ਨੈਕਸਟ ਡੇ ਕੁਕਿੰਗ ਕਰਨੀ ਆ ਤੇ ਲਾਈਕ ਬਲੈਕ ਚਨੇ ਹੋ ਗਏ ਰਾਜਮਾ ਹੋ ਗਏ ਐਨੀ ਦਾਲ ਲਾਈਕ ਜਿਹੜੀਆਂ ਆਪਾਂ ਸੁੱਕ ਕਰਕੇ ਬਣਾਣੇ ਆ ਤੇ ਉਹਨਾਂ ਨੂੰ ਮੈਂ ਇਦਾਂ ਹੀ ਮਤਲਬ ਬੋਇਲ ਕਰਨ ਤੋਂ ਬਾਅਦ ਯੂ نو ਫ੍ਰੀਜਰ ਚ ਪੈਕੇਟ ਬਣਾ ਕੇ ਪਰ ਸਰਫ ਦੇ ਸਾ ਆਪਣਾ ਤੇ ਉਹਨੂੰ ਅਪ ਫ੍ਰੀਜਰ ਚ ਰੱਖ ਲੈਣੀ ਆ ਤਾਂ ਜੋ ਮੈਨੂੰ ਨੈਕਸਟ ਡੇ ਸੋਚਣਾ ਨਾ ਪਵੇ ਮੈਂ ਕੀ ਬਣਾਣਾ ਆ ਤੇ ਕਿਉਂਕਿ ਵੀ ਆਰ ਵਰਕਿੰਗ ਊਮਨ ਇਨ ਆਸਟ੍ਰੇਲੀਆ ਸੋ एवरीवन ਵਰਕਿੰਗ ਤੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਤੇ ਇਸ ਲਈ ਇਟਸ ਵੈਰੀ ਯੂਸਫੁਲ ਫॉर ਯੂ ਤੇ ਨੈਕਸਟ ਟਿਪ ਜਿਹੜੀ ਮੈਂ ਤੁਹਾਨੂੰ ਸ਼ੇਅਰ ਕਰ ਰਹੀ ਆ ਉਹ ਹੈਗੀ ਆ ਵੈਟ ਵਾਈਪ ਦੀ ਕਿ ਜੇ ਤੁਹਾਨੂੰ ਬਾਹਰੋਂ ਵੈਟ ਵਾਈਪ ਲੈਣੇ ਮਹਿੰਗੇ ਪੈਂਦੇ ਆ ਜਾਂ ਐਕਸਪੈਂਸਿਵ ਆ ਥੋੜੇ ਤੇ ਤੁਹਾਡੇ ਆਊਟ ਆਫ ਬਜਟ ਜਾ ਰਹੇ ਆ ਤੇ ਮੈਂ ਕੀ ਕਰਦੀ ਆ ਮੈਂ ਜਿਹੜਾ ਕਿ ਕਿਚਨ ਰੂਲ ਹੁੰਦਾ ਹੈ ਕਿਚਨ ਟਾਵਲ ਹੁੰਦੇ ਆ ਉਹਨਾਂ ਨੂੰ ਇਦਾਂ ਬਾਕਸ ਆ ਇੱਕ ਵਾਰ ਮੈਂ ਬਾਕਸ ਲੈ ਕੇ ਆਈ ਸੀ ਤੇ ਇਹ ਵਾਲਾ ਬਾਕਸ ਮੈਂ ਇਦੇ ਯੂਜ਼ ਕਰ ਰਹੀ ਆ ਇਹਨੂੰ ਤੇ ਥੋੜਾ ਜਿਹਾ ਪਾਣੀ ਲੈ ਲੈਣਾ ਆਪਾਂ ਫਾਇਲਿੰਗ ਦੇ ਵਿੱਚ ਥੋੜਾ ਜਿਹਾ ਤੁਸੀਂ ਹੈਂਡ ਵਾਸ਼ ਪਾਣਾ ਆ ਥੋੜਾ ਜਿਹਾ ਭਾਂਡੇ ਮੰਜਣ ਵਾਲਾ ਸੋਪ ਪਾ ਲਓ ਤੇ ਥੋੜਾ ਜਿਹਾ ਤੁਸੀਂ ਵਿਨੇਗਰ ਐਂਡ ਅਰੋਮਲ ਦੇ ਲਈ ਥੋੜਾ ਜਿਹਾ ਆਇਲ ਕੋਈ ਵੀ ਫ੍ਰੈਗਰੈਂਸ ਆਇਲ ਤੁਸੀਂ ਪਾ ਸਕਦੇ ਆ ਉਹਨੂੰ ਮਿਕਸ ਕਰਕੇ ਜਿਦ ਤੁਸੀਂ ਵੀਡੀਓ ਚ ਦੇਖ ਰਹੇ ਆ ਤੇ ਆਪਾਂ ਇਦਾਂ ਹੀ ਇਹਨੂੰ ਬਾਕਸ ਵਿੱਚ ਪਾ ਕੇ ਥੋੜਾ ਜਿਹਾ ਉੱਪਰ ਪਾਣੀ ਪਾ ਦੇਣਾ ਇਹਨੂੰ 1-2 ਮਿੰਟ ਲਈ ਰਹਿਣ ਦਿਓ ਇਦਾਂ ਹੀ ਤਾਂ ਜੋ ਜੋ ਹਾਰਡ ਪਾਰਟ ਹੈ ਬ੍ਰਾਊਨ ਵਾਲਾ ਉਹ ਸੁੱਕ ਹੋ ਜਵੇ ਤਾਂ ਇਜ਼ੀਲੀ ਬਾਹਰ ਨਿਕਲਿਆ ਆਵੇ ਤੇ ਇਸ ਰੈਡੀ ਟੂ ਯੂਜ਼ ਨਾਉ ਤੁਸੀਂ ਦੇਖ ਸਕਦੇ ਇਨ ਦਾ ਵੀਡੀਓ ਆਪਾਂ ਮਤਲਬ ਲਾਈਕ ਇਟਸ ਈਜ਼ੀ ਫॉर एवरीवन ਨਾ ਇਫ ਯੂ ਆਰ ਨਾਟ ਗੋਇੰਗ ਟੂ ਬਾਈ ਐਕਸਪੈਂਸਿਵ ਵਨ ਯੂ ਕੈਨ ਯੂਜ਼ ਥਿਸ ਵਨ ਇਟਸ ਗੁੱਡ ਵਨ ਤੇ ਨੈਕਸਟ ਹੈ ਕਿ ਆ ਜਦ ਵੀ ਮੈਂ ਫਰੂਟ ਦੀ ਸ਼ਾਪਿੰਗ ਕਰਦੀ ਆ ਜਾਂ ਕੋਈ ਵੀ ਸ਼ਾਪਿੰਗ ਕਰਦੀ ਆ ਫਸਟ ਆਫ ਆਲ ਮੈਂ ਉਹਨੂੰ ਵਾਸ਼ ਕਰਦੀ ਆ ਬਿਕੋਜ਼ ਉਨ ਤੋਂ ਪੱਤਈਆ ਹੁਣ ਕਰੋਨਾ ਆਉਣ ਤੋਂ ਬਾਅਦ ਆਪਾਂ ਸਾਰੇ ਇੱਦਾਂ ਹੀ ਕਰ ਰਹੇ ਆ ਕਿ ਪਹਿਲਾਂ ਵਾਸ਼ ਕਰਨੀਆਂ ਐ ਫੇਈ ਐਵਰੀਥਿੰਗ ਫ੍ਰਿਜ ਜਾਂਦਾ ਆ ਤੇ ਜੋ ਵੀ ਫਰੂਟ ਹੁੰਦਾ ਹੈ ਸਭ ਤੋਂ ਪਹਿਲਾਂ ਉਹਨੂੰ ਮੈਂ ਵਾਸ਼ ਹੀ ਕਰਦੀ ਆ ਤੇ ਜਿੱਦਾਂ ਕਿ ਆਹ ਸਟਰਾਬਰੀਜ਼ ਜਾਂ ਸਟਰਾਬਰੀਜ਼ ਮੈਂ ਆਲਵੇਜ਼ ਲੈ ਆ ਕੇ ਵਾਸ਼ ਕਰਕੇ ਮੈਂ ਕੰਟੇਨਰ ਚ ਵਿਦ ਟਿਸ਼ੂ ਪੇਪਰ ਟਾਵਲ ਲਾ ਕੇ ਇਹਨੂੰ ਹਮੇਸ਼ਾ ਫ੍ਰਿਜ ਇੱਦੇ ਰੱਖਦੀ ਆ ਕਿਉਂਕਿ ਨੈਕਸਟ ਡੇ ਵੈਨ ਏਵਰ ਲਾਈਕ ਮੇਰੇ ਬੇਟੇ ਨੂੰ ਜਦ ਵੀ ਖਾਣਾ ਆ ਤੇ ਉਹ इजीली ਖਾ ਸਕਦਾ ਹੈ ਕੱਢ ਕੇ ਤੇ ਵਾਸ਼ ਕਰਨ ਦੀ ਲੋੜ ਨਹੀਂ ਪੈਂਦੀ ਤੇ ਟਾਈਮ ਸੇਵ ਹੋ ਜਾਂਦਾ ਹੈ ਕਿ ਜੇ ਤੁਸੀਂ ਵਿਜ਼ੀ ਆ ਜਾਂ ਕੁਝ ਵੀ ਕਰ ਰਹੇ ਆ ਤੇ ਤੁਹਾਡੇ ਕੋਲ ਇਨਫ ਟਾਈਮ ਹੈਗਾ ਕਿ ਤੁਹਾਡਾ ਬੱਚਾ ਫ੍ਰਿਜ ਚੋਂ ਕੱਢ ਕੇ ਸਿੱਧੀ ਖਾ ਲਵੇ ਤੇ ਨੈਕਸਟ ਸਟੈਪ ਹੈ ਕਿ ਜਦੋਂ ਸਾਰੀਆਂ ਥਾਲਾਂ ਮੈਂ ਬੋਇਲ ਕਰ ਲਈਆਂ ਬੋਥ ਚੰਨੇ ਲਾਈਕ ਵਾਈਟ ਚੰਨੇ ਐਂਡ ਬਲੈਕ ਚੰਨੇ ਇਹ ਹੁਣ ਸਿੱਧੇ ਫ੍ਰਿਜ ਚ ਜਾਊਗੇ ਮੈਂ ਪਰਸ ਸਰਵ ਦੇ ਸਾਬ ਨਾਲ ਇਹਨੂੰ ਪੈਕ ਬਣਾ ਲਿਆ ਆ ਤਾਂ ਜੋ ਮੇਰੇ ਲਈ इजी ਹੋ ਜਵੇ ਕਿ ਮੈਂ ਲਾਈਕ ਇੱਕ ਟਾਈਮ ਦੀ ਸਬਜੀ ਕਿੰਨੀਕ ਬਣਾਣੀ ਆ ਉਸ ਹਿਸਾਬ ਨਾਲ ਇਹਨੂੰ ਮੈਂ ਪੈਕਟ ਬਣਾ ਕੇ ਇਹਨੂੰ ਫ੍ਰੀਜਰਸ ਲਗਾ ਦਿੰਨੀ ਆ ਤੇ ਤਾਂ ਜੋ ਮੇਰੇ ਲਈ इजी ਹੋ ਜਵੇ ਕਿਉਂਕਿ ਸਮ ਟਾਈਮ ਆਪਣੇ ਕੋਲ ਟਾਈਮ ਨਹੀਂ ਹੁੰਦਾ ਤੇ ਆਪਾਂ ਸੌਖੇ ਤਰੀਕੇ ਨਾਲ ਸਬਜੀ ਕਿਦਾਂ ਬਣਾ ਸਕਦੇ ਆ ਤੇ ਨੈਕਸਟ ਹੈਗਾ ਯਾ ਜਿੱਦਾਂ ਜੋ ਵੀ ਮੈਂ گارਲਿਕ ਲੈ ਕੇ ਆਉਂਦੀ ਆਂ گارਲਿਕ ਐਂਡ ਚਿੰਜਰ ਈਵਨ ਗ੍ਰੀਨ ਚੀਲੀ ਤੇ ਉਹਨੂੰ ਮੈਂ ਹਮੇਸ਼ਾ ਫੂਡ ਪ੍ਰੋਸੈਸਰ 'ਚ ਪਾ ਕੇ ਉਹਦੀ ਪਿਊਰੀ ਬਣਾ ਕੇ ਪਿਊਰ ਲਾਈਕ ਗ੍ਰाइंड ਕਰਕੇ ਉਹਨੂੰ ਮੈਂ ਛੁੱਟ ਛੁੱਟੇ ਟ੍ਰੇਜ਼ ਹੈਗੀਆਂ ਮੇਰੇ ਕੋਲ ਮੈਂ ਹਮੇਸ਼ਾ ਉਹਨੂੰ ਉਹਦੇ ਵਿੱਚ ਹੀ ਪਾ ਕੇ ਤੇ ਉਹਨੂੰ ਫ੍ਰੀਜ਼ ਕਰ ਲੈਨੀ ਆ ਤਾਂ ਜੋ ਵੈਨ ਐਵਰ ਆਈ ਨੀਡ ਥੈਟ ਤੇ ਮੈਂ ਜਸਟ ਅ ਫ੍ਰੀਜਰ 'ਚੋਂ ਕੱਢਾਂ ਤੇ ਇੱਕ ਇੱਕ ਪੀਸ ਲਾ ਕੇ ਮਤਲਬ ਚੜਕਾ ਲਗਾ ਸਕਦੀ ਹਾਂ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਕਿਉਂਕਿ ਟਾਈਮ ਵੀ ਸੇਵ ਹੁੰਦਾ ਹੈ ਤੇ ਜਦੋਂ ਤੁਹਾਡੇ ਸਬਜ਼ੀਆਂ ਤੇਰੇ ਖਰਾਬ ਹੋ ਜਾਂਦੀਆਂ ਇਵਨ گارਲਿਕ ਹੋ ਗਿਆ ਜਿੰਜਰ ਹੋ ਗਿਆ ਇਵਨ ਟਮੈਟੋ ਤੇ ਜਦੋਂ ਦਾ ਮਤਲਬ 1 ਵੀਕ ਤੋਂ ਜ਼ਿਆਦਾ ਟਾਈਮ ਕਿਚਨ ਚ ਪਏ ਰਹ ਜਾਣ ਫ੍ਰਿਜ ਚ ਪਏ ਰਹ ਜਾਣ ਉਹ ਥੋੜੇ ਖਰਾਬ ਹੋ ਜਾਂਦੇ ਹੈ ਫਰੈਸ਼ ਨਹੀਂ ਲੱਗਦੇ ਹੈਗੇ ਪਰ ਇਦਾਂ ਜੇ ਮੈਂ ਕਰ ਲਵਾਂ ਮੇਰਾ ਟਾਈਮ ਵੀ ਸੇਵ ਹੋ ਜਾਂਦਾ ਹੈ ਤੇ ਮੈਨੂੰ ਥੋੜਾ ਮਤਲਬ ਆਪਾਂ ਯੂਜ਼ ਵੀ ਕਰ ਪਾਉਨੇ ਆ ਸਮ ਟਾਈਮ ਆਪਾਂ ਥੋੜਾ ਲੇਜੀ ਬੰਦ ਹੋ ਜਾਂਦਾ ਆ ਕਿ ਹੁਣ ਸਪੀਗਲ ਕਰਨਾ ਆ ਗ੍ਰੇਟ ਕਰਨਾ ਆ ਫੇਰ ਸਬਜਟ ਪਾਉਣਾ ਆ ਬਟ ਥਿਸ ਇਜ਼ ਦਾ ਵੈਸਟ ਵੇ ਕਿ ਆਪਾਂ ਇਦਾਂ ਆਈ نو ਯੂਜ਼ ਕਰਕੇ ਆਪਾਂ ਇਹਨੂੰ ਫ੍ਰੀਜਰ ਦੇ ਵਿੱਚ ਲਗਾ ਸਕਦੇ ਆ ਤੇ ਨੈਕਸਟ ਸਟੈਪ ਆ ਗਈ ਹੈ ਜਦ ਵੀ ਮੈਂ ਥicken cream ਲੈ ਕੇ ਆਉਣੀ ਆ ਕਿਉਂਕਿ ਆਪਾਂ ਸਾਰੀ ਬੋਟਲ ਯੂਜ਼ ਨਹੀਂ ਕਰ ਸਕਦੇ ਇੱਕ ਟਾਈਮ 'ਚ ਮਤਲਬ ਫੈਮਿਲੀ ਟੈਗ ਗੇਟ ਟੁਗੇਦਰ ਹੈਗਾ ਤੇ ਫੇਰ ਤੁਸੀਂ ਯੂਜ਼ ਕਰ ਸਕਦੇ ਆ ਕਿ ਲਾਈਕ ਬਲਕਿ ਤੁਸੀਂ ਫੂਡ ਬਣਾ ਰਹੇ ਹਾਂ ਜਾਂ ਤੁਸੀਂ ਐਕਸਟਰਾ ਸਬਜੀ ਕੋਈ ਹੋਰ ਬਣਾ ਰਹੇ ਹੋ ਤੇ ਜਿਹਦੇ ਵਿੱਚ ਕਰੀਮ ਪੈ ਰਹੀ ਹੈ ਤੇ ਫਿਰ ਤੁਸੀਂ ਯੂਜ਼ ਕਰ ਸਕਦੇ ਹੋ ਬਟ ਨਾਰਮਲੀ ਵੈਨ ਮੈਂ ਆਪ ਬਾਈ ਕਰਦੀ ਹਾਂ ਬੋਟਲ ਇਹ 500 ਐਮਲੀ ਦੀ ਬੋਤਲ ਆ ਸ਼ਾਇਦ ਤੇ ਮੈਂ ਇਹਨੂੰ ਛੋਟੇ ਕੰਟੇਨਰ ਦੇ ਵਿੱਚ ਪਾ ਕੇ ਇਹਨੂੰ ਮੈਂ ਫ੍ਰੀਜਰਸ ਰੱਖ ਲੈਣੀ ਆ ਈਜ਼ੀ ਹੋ ਜਾਂਦਾ ਹੈ ਕਿ ਜਦ ਵੀ ਤੁਸੀਂ ਨੈਕਸਟ ਟਾਈਮ ਕੋਈ ਸਬਜ਼ੀ ਬਣਾਉਣੀ ਆ ਲਾਈਕ ਕਰੀਮ ਵਾਲੀ ਤੇ ਤੁਸੀਂ ਇੱਕ ਬਾਕਸ ਨੇ ਕੱਢੋ ਤੇ ਇੱਕ ਬਾਕਸ ਕੱਢ ਕੇ ਤੁਸੀਂ ਸਬਜ਼ੀ ਚ ਪਾ ਸਕਦੇ ਆ ਤੇ ਇਹਦੇ ਨਾਲ ਤੁਹਾਨੂੰ ਜ਼ਿਆਦਾ ਟਾਈਮ ਵੀ ਕੱਢ ਜਾਂਦੀ ਹੈ ਤੇ ਤੁਹਾਨੂੰ ਵੇਸਟ ਹੋਣ ਦੀ ਵੀ ਟੈਨਸ਼ਨ ਨਹੀਂ ਰਹਿੰਦੀ ਤੇ ਈਜ਼ੀ ਫॉर ਯੂ ਗਾਇਸ ਤੇ ਨੈਕਸਟ ਸਟੈਪ ਹੈਗਾ ਆ ਕਿ ਜਦ ਵੀ ਮੈਂ ਕੋਰੀਐਂਡਰ ਲੈ ਕੇ ਆਉਣੀ ਹੈ ਕੋਰੀਐਂਡਰ ਤੁਹਾਨੂੰ ਪਤਾ ਬਹੁਤ ਜਲਦੀ ਖਰਾਬ ਹੋ ਜਾਂਦਾ ਈਵਨ ਤੁਸੀਂ ਵਾਸ਼ ਕਰਕੇ ਉਹਨੂੰ ਪੇਪਰ ਟਾਵਲ ਚ ਚਾਹੇ ਲਗਾ ਦੋ ਤਾਂ ਵੀ ਉਹ ਬਹੁਤ ਛੇਤੀ ਖਰਾਬ ਹੋ ਜਾਂਦਾ ਆ ਤੇ ਨਾਰਮਲੀ ਬਿਫੋਰ ਮੈਂ ਸਿਰਫ ਇਹਨੂੰ ਸਿੱਧਾ ਕੱਟ ਕੇ ਜ਼ਿਪ ਲੋਕ ਬੈਗ ਚ ਫਰੀਜ਼ਰ ਚ ਲਗਾ ਲੈਂਦੀ ਸੀ ਬਟ ਵਨ ਆਫ ਮਾਈ ਫਰੈਂਡ ਟੋਲਡ ਮੀ ਡੂ ਲਾਈਕ ਥਿਸ ਤੇ ਮੈਂ ਇਹਨੂੰ ਛੋਟਾ ਛੋਟਾ ਚੌਪ ਕਰ ਲਿਆ ਹੈ ਜਿੱਦਾਂ ਮਤਲਬ ਆਪਾਂ ਸਬਜ਼ੀ ਚ ਪਾਉਂਦੇ ਆ ਇਹਨੂੰ ਚੌਪ ਕਰ ਲਿਆ ਹੈ ਚੌਪ ਕਰਨ ਤੋਂ ਬਾਅਦ ਆਪਾਂ ਇਹਨੂੰ ਵੀ ਛੋਟੀ ਜਿਹੜੀ ਟ੍ਰੇ ਹੁੰਦੀ ਆ ਕੋਈ ਵੱਡੀ ਲੈਣੀ ਤੁਸੀਂ ਵੱਡੀ ਟ੍ਰੇ ਵੀ ਲੈ ਸਕਦੇ ਆ ਪਰ ਸਰ ਦੇ ਹਿਸਾਬ ਨਾਲ ਜਿੱਦਾਂ ਵੀ ਤੁਹਾਨੂੰ ਪਸੰਦ ਆ ਪਰ ਇਹ ਵਾਲੀ ਟ੍ਰੇ ਥੋੜੀ ਛੋਟੀ ਸੀਗੀ ਤੇ ਇਸ ਵਿੱਚ ਬਹੁਤ ਥੋੜਾ ਜਿਹਾ ਕੋਰੀਅੰਡਰ ਆ ਰਿਹਾ ਸੀ ਤੁਸੀਂ ਚਾਹੋ ਤਾਂ ਤੁਸੀਂ ਥੋੜਾ ਜਿਹਾ ਵੱਡੇ ਹੋਲ ਵਾਲੀ ਟ੍ਰੇ ਵੀ ਲੈ ਸਕਦੇ ਆ ਤੇ ਇਹਦੇ ਵਿੱਚ ਮੈਂ ਸਾਰੇ ਚਿਕੋਰੀ ਅੰਡਰਫਿਲ ਕਰ ਲਿਆ ਆ ਜਿੰਨਾ ਕਿ ਵੀ ਆ ਰਿਹਾ ਇਹ ਵਿੱਚ ਪਰ ਜੇ ਤੁਸੀਂ ਵੱਡੀ ਲਓਗੇ ਉਹਦੇ ਵਿੱਚ ਈਜ਼ੀਲੀ ਥੋੜਾ ਜ਼ਿਆਦਾ ਆ ਜਾਊਗਾ ਤੇ ਲਾਈਕ ਪਰ ਸਬਜੀ ਔਰ ਪਰ ਕਰੀ ਦੇ ਹਿਸਾਬ ਨਾਲ ਇਸ ਗੁੱਡ ਫਰਦਰ ਦੇ ਵਿੱਚ ਨਾ ਤੇ ਕਿਉਂਕਿ ਇਹ ਲਾਈਕ ਖਿਲਰਿਆ ਜਿਹਾ ਆ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ 올ੀਵ ਆਇਲ ਪਾਵਾਂਗੇ ਜਿਹੜਾ ਵੀ ਤੁਹਾਡਾ ਤੇਲ ਫੇਵਰਟ ਹੈ ਜਿਹੜਾ ਵੀ ਤੁਸੀਂ ਕਿਚਨ ਚ ਯੂਜ਼ ਕਰਦੇ ਆ ਤੁਸੀਂ ਕੋਈ ਵੀ ਤੇਲ ਯੂਜ਼ ਕਰ ਸਕਦੇ ਆ ਤਾਂ ਜੋ ਇਹਨੂੰ ਜਮਾਉਣ ਚ ਥੋੜੀ ਜੀ ਹੈਲਪ ਕਰ ਦਵੇ ਮੇਰੇ ਕੋਲ 올ੀਵ ਆਇਲ ਆ ਅਸੀਂ 올ੀਵ ਯੂਜ਼ ਕਰਦੇ ਆ ਤੇ ਇਸ ਲਈ ਮੈਂ 올ੀਵ ਪਾਏ ਦੇ ਵਿੱਚ ਤੇ ਇਹ ਵੀ ਹੁਣ ਸਿੱਧਾ ਜਾਊਗਾ ਫ੍ਰੀਜ਼ਰ ਦੇ ਵਿੱਚ ਤੇ ਨਾ ਮੇਰੀ ਮੀਮੀ ਔਟਕੀ ਸੀ ਮੈਹਸਨ ਤੇ ਉਹਨੂੰ ਮੈਂ ਦੇ ਰਹੀ ਸੀ ਦੁੱਧ बिकॉज ਉਹਨੂੰ ਸਕੂਲ ਜਾਣਾ ਆ ਤੇ ਮੀਮੀ ਲਈ ਦੁੱਧ ਗਰਮ ਕੀਤਾ ਆ ਉਹ ਸਿਰਫ ਮਾਇਲੋ ਤੇ ਦੁੱਧ ਹੀ ਲੈਂਦਾ ਆ 노 슈ਗਰ ਨਾ ਤੇ ਜਸ 30 ਸੈਕਿੰਡ ਇਨ ਦਾ ਮਾਈਕ੍ਰੋਵੇਵ ਸੋ ਮੀਮੀ ਔਟ ਗਿਆ ਯਾਰ ਰੈਡੀ ਫॉर ਸਕੂਲ ਤੇ ਹੁਣ ਆਪਾਂ ਨੈਕਸਟ ਸਟੈਪ ਕਰਾਂਗੇ ਬਹੁਤ ਹੀ ਜੰਮੀ ਮੈਂ ਡਿਨਰ ਬਣਾ ਰਹੀ ਆ ਕਿਉਂਕਿ ਸਾਰਾ ਦਿਨ ਮੇਰਾ ਅੱਜ ਇਦਾਂ ਹੀ ਨਿਕਲ ਗਿਆ ਤੇ ਅੱਜ ਡਿਨਰ ਚ ਬਣਾ ਰਹੇ ਆ ਆਪਾਂ ਪਾਓ ਭਾਜੀ ਜੋ ਕਿ ਬਹੁਤ ਹੀ ਈਜ਼ੀ ਬਣ ਜਾਂਦੀ ਹੈ ਐਂ ਮੇਰੀ ਫੇਵਰਿਟ ਆ ਤੇ ਆਪਾਂ ਇੱਕ ਪੈਨ ਲਿਆ ਹੈ ਪ੍ਰੈਸ਼ਰ ਕੁੱਕਰ ਲਿਆ ਹੈ ਸੌਰੀ ਤੇ ਪ੍ਰੈਸ਼ਰ ਪ੍ਰੈਸ਼ਰ ਕੁੱਕਰ ਚ ਅਨਿਅਨ ਤੁਹਾਡੇ ਕੋਈ ਵੀ ਸਬਜੀ ਹੈਗੀ ਲਾਈਕ ਆ ਕਾਲੀਫਲਾワー, ਕੈਰਟ, ਪੀਸ, ਗੋਨ, ਟਮਾਟਰ ਇਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਜਾਂਦੇ ਆ ਤੇ ਕੋਈ ਹੋਰ ਬੀਨਸ ਹੋ ਗਈਆਂ, ਕੈਪਸਿਕਮ ਹੋ ਗਈਆਂ, ਸਾਰੀਆਂ ਸਬਜ਼ੀਆਂ ਮੈਂ ਨਾਰਮਲੀ ਮਰੋਜ਼ਨ ਸਬਜ਼ੀਆਂ ਨਾਲ ਬਣਾ ਲੈਂਦੀ ਆ, ਈਜ਼ੀ ਬਣ ਜਾਂਦੀ ਆ। ਤੁਸੀਂ ਸਾਰਾ ਕੁਝ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਸਾਲਟ ਐਂਡ ਹਲਦੀ ਪਾ ਕੇ ਤੇ ਥੋੜਾ ਜਿਹਾ ਪਾ ਲਓ ਪਾਉ ਭਾਜੀ ਮਸਾਲਾ ਐਨੀ ਬ੍ਰਾਂਡ ਜਿਹੜਾ ਵੀ ਤੁਹਾਨੂੰ ਪਸੰਦ ਆ ਐਨੀ ਬ੍ਰਾਂਡ ਤੇ ਤੁਸੀਂ ਇਹਨੂੰ ਦੋ ਜਾਂ ਤਿੰਨ ਬਿਸਲ ਲਵਾ ਲਓ ਤੇ ਬਿਸਲ ਲਵਾਉਣਾ ਥੋੜਾ ਸੌਫਟ ਹੋ ਜਾਂਦੀਆਂ ਆ ਤੇ ਪਾਣੀ ਥੋੜੇ ਪਾਓ ਇਫ ਯੂ ਪੁੱਟ ਐਕਸਟਰਾ ਵਾਟਰ ਤੇ ਤੁਹਾਨੂੰ ਹੈਂਡਲ ਕਰਨਾ ਥੋੜਾ ਹਾਰਡ ਲੱਗੂਗਾ ਫਿਰ ਤੇ ਇਹਨੂੰ ਫਿਰ ਬਲੈਂਡ ਕਰ ਲੈਣਾ ਜੇ ਤੁਹਾਡੇ ਕੋ ਆਲੂ ਮੈਸ਼ ਵਾਲਾ ਹੈਗਾ ਜਾਂ ਤੁਸੀਂ ਉਹਦੇ ਨਾਲ ਬਲੈਂਡ ਕਰ ਸਕਦੇ ਆ ਪਰ ਜੇ ਤੁਹਾਡੇ ਕੋਲ ਉਹ ਨਹੀਂ ਹੈਗਾ ਤਾਂ ਤੁਸੀਂ ਨਾ ਇਲੈਕਟ੍ਰੋਨਿਕ ਵਾਲੀ ਨਾਲ ਵੀ ਕਰ ਸਕਦੇ ਆ ਤੇ ਆਪਣਾ ਉਹ ਵਾਲਾ ਮਿਕਸਚਰ ਹੋ ਗਿਆ ਹੈ ਰੈਡੀ ਹੁਣ ਆਪਾਂ ਉਹਨੂੰ 사이ਡ ਤੇ ਰੱਖ ਕੇ ਨੈਕਸਟ ਸਟੈਪ ਤੜਕਾ ਕਰ ਰਹੇ ਆ ਤੜਕਾ ਨੋਰਮਲ ਤੜਕਾ ਹੈ ਜਿੱਦਾਂ ਕਿ ਆਪਾਂ ਕਿਸੇ ਵੀ ਚੀਜ਼ ਨੂੰ ਲਾਉਣੀ ਆ ਤੜਕਾ ਧਾਲ ਨੂੰ ਤੜਕਾ ਲਾਉਣੀ ਆ ਸੇਮ ਲਾਈਕ 댓 ਤੇ ਇਹਦੇ ਵਿੱਚ ਤੁਸੀਂ ਥੋੜਾ ਬਟਰ ਐਕਸਟਰਾ ਜਾਂਦਾ ਆ ਆਪਾਂ ਉਹ ਭਾਜੀ 'ਚ ਜਿਆਦਾ ਫਲੇਵਰ ਨੂੰ ਐਨਹਾਂਸ ਕਰਨ ਦੇ ਲਈ ਇਸ ਲਈ ਮੈਂ ਆਇਲ ਦੇ ਨਾਲ ਵੀ ਬਟਰ ਪਾਇਆ ਇਹਦੇ ਵਿੱਚ ਤੜਕੇ ਦੇ ਵਿੱਚ ਐਂਡ ਚ ਦੋਨੋਂ ਆਪਾਂ ਸਟੀਮ ਕੀਤਾ ਉਦੋਂ ਵੀ ਮੈਂ ਇਹਦੇ ਵਿੱਚ ਥੋੜਾ ਜਿਹਾ ਬਟਰ ਪਾਇਆ ਸੀ ਤੇ ਆਨਿਅਨ گارਲਿਕ ਜਿੰਜਰ ਤੇ ਹੁਣ ਮੈਂ ਪਾਈ ਸੀ ਕਸੂਰੀ ਮੇਥੀ ਕਿਉਂਕਿ ਟਮਾਟਰ ਆਪਾਂ ਆਲਰੇਡੀ ਉਹਦੇ ਵਿੱਚ ਬਹੁਤ ਜ਼ਿਆਦਾ ਪਾਇਆ ਹੋਇਆ ਤੇ ਆਪਾਂ ਤੜਕੇ 'ਚ ਟਮਾਟਰ ਨਹੀਂ ਪਾਵਾਂਗੇ ਥਿਸ ਇਸ ਦਾ ਵੈਸਟ ਵੇ ਟੂ ਮੇਕ ਪਾਵ ਭਾਜੀ ਲਾਈਕ ਜੇ ਤੁਹਾਡੇ ਕੋਲ ਟਾਈਮ ਨਹੀਂ ਹੈ ਨਾ ਨੀਅਰਲੀ 20 15 ਟੂ 20 ਮਿੰਟਸ ਲੱਗਦੇ ਆ ਇਹ ਪਾਵਰਫੁਲ ਜਿਬ ਨਰਨੋ ਮੈਨੂੰ ਤਾਂ ਇੰਨੇ ਲੱਗਦੇ ਆ ਤੁਸੀਂ ਟਰਾਈ ਜ਼ਰੂਰ ਕਰਨਾ ਇਹ ਵਾਲੀ ਰੈਸਪੀ ਤੁਹਾਨੂੰ ਬਹੁਤ ਪਸੰਦ ਆਉਣ ਵਾਲੀ ਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਇਹਨੂੰ ਥੋੜਾ ਮਿਕਸ ਕਰਨ ਤੋਂ ਬਾਅਦ ਥੋੜਾ ਜਿਹਾ ਇਸ ਵਿੱਚ ਲੈਮਨ ਜੂਸ ਪਾ ਲਓ ਜੇ ਤੁਹਾਨੂੰ ਲੱਗਾ ਕਿ ਟਮਾਟਰ ਦੀ ਖਟਾਸ ਥੋੜੀ ਜਿਹੀ ਘੱਟਿਆ ਤੇ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਲੈਮਨ ਜੂਸ ਪਾ ਸਕਦੇ ਆ ਤੇ ਇਹ ਐਵਨ ਟੂ ਸੇਵ ਨਹੀਂ ਗਰ ਵੀ ਪਾਸ ਕਰਦੇ ਆ ਜਿਹੜਾ ਫੂਡ ਵੀਨਿਗਰ ਹੁੰਦਾ ਆ not like ਕਲੀਨਿੰਗ ਵਾਲਾ ਇੱਕ ਫੂਡ ਵੀਨਿਗਰ ਵੀ ਆਉਂਦਾ ਆ ਤੁਸੀਂ ਉਹ ਵਾਲਾ ਯੂਜ਼ ਕਰਿਓ ਤੇ ਥੋੜਾ ਜਿਹਾ ਹੋਰ ਬਟਰ ਪਾਇਆ ਫਿਰ ਮੈਂ ਟੇਸਟ ਕੀਤਾ ਐਵਰੀਥਿੰਗ ਗੁੱਡ ਬਟ ਥੋੜਾ ਜਿਹਾ ਸਾਲਟ ਘੱਟ ਸੀ ਸਾਲਟ ਥੋੜਾ ਹਸਾਬ ਨਹੀਂ ਪਾਇਆ ਕਿਉਂਕਿ ਜਦੋਂ ਅਸੀਂ ਬਟਰ ਐਡ ਕਰਦੇ ਆ ਬਟਰ ਵਿੱਚ ਵੀ ਸਾਲਟ ਹੁੰਦਾ ਆ ਤੇ ਇਸ ਲਈ ਸਾਲਟ बार-बार ਚੈੱਕ ਕਰਕੇ ਤੁਸੀਂ ਫੇ ਪਾਇਓ ਤੇ ਹੋਣਾ ਕਿ ਬੰਨ ਇੰਡੀਆ ਵਰਗੇ ਬੰਨ ਤਾਂ ਨਹੀਂ ਮਿਲਦੇ تھے ਇੱਥੇ ਲਾਈਕ ਜਿੱਦਾਂ ਦੇ ਮਿਲਦੇ ਆ ਪਰ ਇੰਡੀਆ ਵਰਗੇ ਨਹੀਂ ਮਿਲਦੇ ਇੰਡੀਆ ਥੋੜੇ ਜਿਆਦਾ ਸੌਫਟ ਤੇ ਵਧੀਆ ਫਰੈਸ਼ ਵਾਲੇ ਮਿਲਦੇ ਆ ਤੇ ਇਹ ਮੈਂ ਗਰਮ ਕਰ ਰਹੀਆਂ ਬੰਨ ਮੈਂ ਬਣਾ ਰਹੀਆਂ ਹਸਬੰਦ ਦੀ ਪਲੇਟ ਫਾਸਟ ਤੇ ਹਸਬੰਦ ਦੀ ਪਲੇਟ ਬਣਾਉਣ ਤੋਂ ਬਾਅਦ ਮੈਂ ਖਾऊंगी ਆਪਣਾ ਲੰਚ ਕਰੂੰਗੀ ਇਹਨਾਂ ਸਾਰਿਆਂ ਨੂੰ ਆਪਾਂ ਗਰਮ ਕਰ ਲਵਾਂਗੇ ਗਰਮ ਕਰਨ ਤੋਂ ਬਾਅਦ ਫਿਰ ਮੈਂ ਪਲੇਟਿੰਗ ਸਟਾਰਟ ਕਰੂੰਗੀ ਪਲੇਟ रेडी करूंगी क्योंकि ऑलरेडी बहुत लेट हो गया सी टुडे इज वेरी बिजी डे फॉर मी क्योंकि सारी ग्रोसरी भी की थी उनु सारा सेट ਕੀਤਾ ਫਰੀਜ ਚ ਵੀ ਰੱਖਿਆ ਤੇ वेरी ਟਾਇਰਡ ਤੇ ਲੁੱਕ एट ਮਾਈ ਪਲੇਟ ਇਸ ਡੈਡੀ ਐਕਚੁਅਲੀ ਥਿਸ ਇਸ ਫॉर ਮਾਈ ਹਸਬੈਂਡ ਪਲੇਟ ਸੋ ਇਟਸ ਰੈਡੀ ਟੂ ਸਰਵ ਕਰ ਸਾਇਡ ਆ ਐਨਜੋਏ ਕਰਿਓ ਬਿਊਟੀਫੁਲ ਡਿਨਰ ਥੈਂਕ ਯੂ